ਤੇ ਅੱਜ ਹੈਗਾ ਅਗਲਾ ਦਿਨ ਤੇ ਬਾਕੀ ਸਿਸਟਮ ਦਾ ਕੰਮ ਹੁੰਦਾ ਦੇਖ ਸਕਦੇ ਹੋ ਤੇ ਆਪਣੇ ਨਾਲ ਜੋਤੀ ਭਾਜੀ ਤੇ ਗੁਰੂ ਭਾਜੀ ਬਾਕੀ ਰੈਟ ਤੁਹਾਨੂੰ ਲੁੱਕ ਮੋਰੇ ਦਿਖਾਣੀ ਆ ਤੇ ਬਾਕੀ ਆਹ ਓਵਲ ਫਿੱਟ ਹੋ ਗਏ ਨੇ ਤੇ ਕੱਲ ਨੂੰ ਹੁਣ ਸ਼ਾਮ ਨੂੰ ਰਪਾ ਟਾਇਰ ਵੀ ਫਿੱਟ ਕਰ ਦੇਣੇ ਨੇ ਤੇ ਸਲਾਂਸਰ ਵੀ ਕਹਿੰਦੇ ਚੇਂਜ ਕਰਨਾ ਉਹਦਾ ਬਿੰਗਾ ਹੋਇਆ ਆ ਸਿੱਧਾ ਕਰਨਾ ਯਾਰ ਦੇਖੋ ਤੇ ਬਾਕੀ ਤੈਨੂੰ ਮੋਹਰੇ ਲੁੱਕ ਦਿਖਾ ਦਿੰਦੇ ਹਾਂ ਅਤੇ ਕਿਹਦਾ ਆਹ ਵੀ ਬਿੰਗਾ ਹੋਇਆ ਬੰਪਰ ਇਹ ਵੀ ਖੈਰ ਖੋਲ ਦੀ ਗਏ ਕਹਿੰਦੇ ਹੱਥ ਕਰਾ ਛੱਡਣੀ ਜੀ ਐਤਕੀ ਮੁੰਡਿਆਂ ਨੇ ਲੱਗੇ ਹੋਏ ਮੁੰਡੇ ਦੋ ਦਿਨ ਹੋ ਗਏ ਕਹਿੰਦੇ ਮੁੰਡੇ ਟਰੈਕਟਰ ਹੋਏ ਲੱਗੇ ਹੋਏ ਤੇ ਮੁੰਡੇ ਲੱਗੇ ਹੋ ਕਹਿੰਦੇ ਫਿਰ ਸਿਸਟਮ ਹੋ ਗਿਆ ਫਿੱਟ ਕਹਿੰਦੇ ਜਹਾਜ਼ ਬਣਾ ਲੈਣਾ ਜੀ ਅਤੇ ਆਹ ਲੱਗ ਗਈਆਂ ਜੀ ਓਵਲ ਅਤੇ ਬਾਕੀ ਬੇਸਾਂ ਲੱਗ ਗਈਆਂ ਅਤੇ ਆਹ ਭਾਜੀ ਦਾ ਨੰਬਰ ਜਿੱਥੋਂ ਆਪਾਂ ਲਵਾਇਆ ਅਤੇ ਆਹ ਭਾਜੀ ਦੀ ਸ਼ੋਪ ਆ ਅਤੇ ਛਤਰੀ ਹੁਣ ਕਸਾ ਕੇ ਅਤੇ ਚੱਲਦੇ ਹਾਂ ਕਹਿੰਦੇ ਹੁਣ ਇਹਦੇ ਟਾਇਰ ਪਾਉਣੇ ਮੋਰਲੇ ਟਾਇਰ ਸਲਾਂਸਰ ਵੀ ਬਾਕੀ ਦੇਖ ਲਓ ਦੇਸੀ ਜਗਾੜ ਜਿਹਾ ਲਾਇਆ ਸੀਗਾ ਅਤੇ ਆਹ ਮੁੰਡੇ ਕਹਿੰਦੇ ਫਲੈਸ਼ਰ ਚੱਕੀ ਫਿਰਦੇ ਨੇ ਧਰੂ ਭਾਜੀ ਨੇ ਪੂਰੀ ਸੇਵਾ ਨਿਭਾਈ ਏ ਧਰੂ ਭਾਜੀ ਆਇਓ ਮਾੜਾ ਜਿਹਾ ਆਹ ਭਾਜੀ ਨੇ ਪੂਰੀ ਸੇਵਾ ਨਿਭਾਈ ਭਾਜੀ ਆਇਓ ਮਾੜਾ ਜਿਹਾ ਭਾਜੀ ਦੱਸੋ ਕਿੱਦਾਂ ਦਾ ਖੁਸ਼ੀ ਹੋ ਰਹੀ ਹੈ ਲੱਗ ਗਿਆ ਸਿਸਟਮ ਲੱਗ ਗਿਆ ਬਹੁਤ ਵਧੀਆ ਹਾਂਜੀ 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 5 ਵਜੇ ਤੱਕ ਪੂਰਾ ਤਿਆਰ ਹੱਥ ਕਰਾ ਛੱਡਣੀ ਏ ਤੇ ਬਾਕੀ ਆਪਾਂ ਰੀਲ ਵੀ ਪਾਣੀ ਏ ਇੰਸਟਾਗ੍ਰਾਮ ਤੇ ਤੇ ਫੋਲੋ ਕਰ ਲਓ ਜੀ ਇੰਸਟਾ ਤੇ ਵੀ ਤੇ ਜੋਤੀ ਭਾਜੀ ਕੀ ਕਹਿਣਾ ਚਾਹੋਗੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਏ ਤੇ ਚਾਚੇ ਵਾਲੇ ਫੁੱਲ ਸਪੋਰਟ ਰਹੀ ਆ ਪਿਛਲੇ 2-3 ਦਿਨ ਤੋਂ ਲੱਗਦਾ ਧਰਮ ਜਿਹੜਾ ਮੁੰਡੇ ਦਿਨ ਰਾਤ ਮਿਹਨਤ ਕਰ ਰਹੇ ਨੇ ਕਹਿੰਦੇ ਹੋਲੇ ਮੁੱਲੇ ਦੇ ਕਰਨ ਆਇਆ ਸੀ ਬਾਕੀ ਸਲਾਂਸਰ ਜੀ ਤੇ ਦੇਖ ਸਕਦੇ ਆਪਣੇ ਨਾਲ ਦੇ ਵੀ ਸਾਰੇ ਲੱਗੇ ਹੋਏ ਨੇ ਕੰਮਾਂ ਕਾਰਾਂ ਤੇ ਜੋਤੀ ਭਾਈ ਉਹ ਹੱਥ ਵਾਲੇ ਫੜਨੇ ਨੂੰ ਕਸਣ ਲੱਗੇ ਤੇ ਧਰੂਪ ਭਾਈ ਹੁਣੀ ਕਹਿੰਦੇ ਕੱਲਾ ਕੱਲਾ ਨਾੜ ਆਪਣੇ ਹੱਥਾਂ ਕਸਣ ਲੱਗੇ ਹੋਏ ਨੇ ਬਾਕੀ ਚਾਚਾ ਲੁਕੀ ਕਹਿ ਜਾਂਦਾ ਲੁਕੀ ਜਾਂਦਾ ਲੁਕਦੇ ਪਿਛਲੇ ਬਾਹਰ ਕੱਢਣੇ ਮੰਨਦੇ ਨੀ ਕਹਿੰਦੇ ਕਹਿੰਦੇ ਐਤਕੀ ਅੱਤ ਕਰਾਣੀ ਪੂਰੀ ਹੋਲੇ ਮਹੱਲੇ ਤੇ ਆਹ ਮੁੰਡੇ ਵੀ ਸਵੇਰ ਤੋਂ ਨਾ ਨੀ ਰੋਟੀ ਖਾਧੀ ਨਾ ਪਾਣੀ ਪੀਤਾ ਆ ਇੰਨੀ ਮਿਹਨਤ ਕਰਨ ਲੱਗੇ ਜਿਹਨੇ ਪਤਾ ਜਿਹੜੇ ਕੰਮ ਕਰਦੇ ਪਏ ਜੋਤੀ ਹੁਣੀ ਕਦੇ ਕੁਛ ਖਾਈ ਜਾਂਦੇ ਕਦੇ ਕਿਤੇ ਕੁਛ ਖਾਈ ਜਾਂਦੇ ਆ ਮੂੰਹ ਮਾਰੀ ਜਾਂਦੇ ਬਾਕੀ ਸਾਨੂੰ ਲੁੱਕ ਦੇਖ ਸਕਦੇ ਹੋ ਤੇ ਕਹਿੰਦੇ ਸਲਾਂਸਰ ਵੀ ਹੁਣ ਚੇਂਜ ਕਰ ਦੇਣਾ ਏ ਕਿਆ ਆ ਗਏ ਭਾਜੀ ਦੱਸੋ ਕੀ ਕਹਿਣਾ ਆ ਹਾਂਜੀ ਭਾਈ ਦੱਸੋ 8 ਵਜੇ ਠਾਲੇ ਆ ਕਹਿੰਦੇ ਚਾਚਾ ਲਾਲ ਬੈਠੇ ਲਾਲ ਬੱਤੀ ਜਾਦੂ ਚ ਬਾਕੀ ਟਾਇਰ ਕਹਿੰਦੇ ਦੱਸਣ ਲੱਗੇ ਨੇ ਤੇ ਸਿਸਟਮ ਦੇਖ ਸਕਦੇ ਹੋ ਸਲਾਂਸਰ ਵੀ ਕਹਿੰਦੇ ਚੇਂਜ ਕਰਨਾ ਆ ਕੰਮ ਬਹੁਤ ਪਏ ਨੇ ਆਪਾਂ ਕੱਲ ਨੂੰ ਸ਼ਾਮ ਨੂੰ ਨਿਕਲਣਾ ਆ ਤੇ ਕਹਿੰਦੇ ਮੁੰਡੇ ਸਮੋਕ ਵਾਲਾ ਵੀ ਕਹਿੰਦੇ ਕੰਮ ਪੂਰਾ ਜਗਾੜ ਰੱਖਣਾ ਜੇ ਇਹ ਦੁਕਾਨ ਕਹਿੰਦੇ ਸਾਰਾ ਤਿਆਰ ਆ ਤੇ ਬਾਕੀ ਆਪਣੇ ਟਾਇਰ ਦੇਖ ਸਕਦੇ ਹੋ ਤੇ ਬਾਕੀ ਤੁਹਾਨੂੰ ਫਿੱਟ ਕਰਕੇ ਦਿਖਾਉਂਦੇ ਆ ਪਾਈਏ ਲੱਗੇ ਕਿਹੜੀ ਬਣ ਤੇ ਇੱਕ ਪਾਸਾ ਕਹਿੰਦੇ ਫਿੱਟ ਹੋ ਗਿਆ ਚਾਚੇ ਹੋਰੀ ਲੱਗੇ ਵਾ ਆਪਣੇ ਤੇ ਮੁੰਡੇ ਹੋਰੀ ਕਹਿੰਦੇ ਹੱਥ ਕਰਾਈ ਪਈ ਆ ਸਵੇਰ ਤੇ ਬੁਰਾ ਹਾਲ ਹੋਇਆ ਪਿਆ ਜੇ ਇੱਕ ਟਾਇਰ ਕਹਿੰਦੇ ਹੋਰ ਇੱਕ ਟਾਇਰ ਹੋਰ ਤੇ ਬਾਕੀ ਲੁੱਕ ਦੇ ਫਰਕ ਦੇਖ ਲਓ ਕਿੱਦਾਂ ਲੱਗਦਾ ਤੇ ਕਹਿੰਦਾ ਹੁਣ ਸਲਾਂਸਰ ਵੀ ਖੋਲਿਆ ਆ ਤੇ ਸਲਾਂਸਰ ਬਿਨਾਂ ਵੀ ਲੁੱਕ ਦੱਸਿਓ ਕਿੱਦਾਂ ਨੀ ਆਉਂਦੀ ਆ ਤੂੰ ਕਿਆ ਆਪਣੇ ਟਾਇਰਾਂ ਦੀ ਲੋਕਾਂ ਭਾਜੀ ਮੋਹਰੇ ਦੇਖਿਓ ਗਰੀਬ ਦੀ ਸਕੂਟਰੀ ਖੜੀ ਹੈ ਤੇ ਕਹਿੰਦੇ ਉਹਨੂੰ ਦੂਸਰਾ ਫਿੱਟ ਕਰਦੀ ਹੈ ਸਲਾਂਸਰ ਸਲੂੰਸਰ ਖੋਲੀ ਬੈਠੇ ਕਰਨੀ ਭਾਜੀ ਹੋਣੀ ਵਲੋਗਾਂ ਜਾਏ ਇੱਧਰ ਥੱਲੇ ਵਾਲੀ ਗੱਲ ਕਰਦਾ ਕਹਿੰਦਾ ਸਵੇਰ ਦਾ ਆਇਆ ਆ ਨਹਾ ਧੋ ਕੇ ਜੀ ਹੁਣ ਸੋਹਣੇ ਬਣ ਕੇ ਇੱਥੇ ਦੇਖ ਲਓ ਹੁਣ ਟਰੈਕਟਰ ਦੇਖਣ ਆ ਗਿਆ ਜੀ
अपने ट्रैक्टर की पिछे लोग देख लो कि खरी आती पी आ बाकी कहते होले महल दिन पूरी तैयारियां ने आ टायर इदा दे मिल रहा डेक देख लो तो बाकी साड़ी हले कोई सलाह सी कि पिछे भी न्यून लाइट का काम जहाँ करा तो वह रह गया बचाले क्योंकि असी कल निकलना आ टाइम सू पता वे है नहीं गा अपने कहना तो अज्योति भाजी समान लिया कहते हले भी समान कहते पूरा नहीं होंगे वे अपना क्या लग गया भाजी फ्लैशर ओ समोक भी कहते जाऊगी भाजी इन्ना कोई ना दिखाई जाओ रिवील कर दे फिर तुझे नवे उपरावा देखी मोटर ना दूजी करनी हुई काम तो देखने अपने नाल हम जुड़ चुके हैं कन्ना भाजी कन्ने भाजी दसो की कहना चाहोगे कहते सासी गल कर दो भाई एक बार मुंडे कहते कट्ठे हो कट्ठे हो कहते अपने को पिंका भाजी आ गए ने लुक देख सकते हो सारे ने पूरा कहने सहयोग दिता है फुल सपोर्ट कहते तेल कहते बाकी अत कराई पी है कहते ट्रैक्टर जी को लुक दस्यो कि आती है अभिषेक भाजी महाराज कहते भाई स्पलेंडर वाला ग्रुप भी ना क्या लागो जगराज भाई साढ़े कले बह गए मेरा भी आना आई जा हां जी ते कहते राज रुके थे मुंडे कहते देखते नहीं साफ तेरा आया कर नहीं भाई मेरी मोटा खिंचा लगे ने फायदा फिर सिस्टम सही रोटी भी नी खी नी चज ना सेवा बनती थी बाकी ट्राली भी कहते लाइटा लूटा है काफी वधिया रोड वेल है ध्रुव भाजी बड़ी गोटी पाते हुए ठंड हो गई यही मुंडा की दिन रात सेवा करता रहा है एंड मौके दी ना झंडे की सेवा इधर हो गई है केलिया दी आहो भाजी मेरे ये कहते हो रोके लंगर चढ़न पहला लंगर बाकी नाल दे अपने आए नी ਕਿਹੜੀ ਚੱਕ ਲੈਣੇ ਦਾ ਨਹੀਂ ਨਹੀਂ ਸਾਹਮਣੇ ਆਇਆ ਨਾ ਭਾਈ ਤੇ ਕਹਿੰਦੇ ਮੁੰਡੇ ਟਰਾਲੀ ਲਾ ਕੇ ਚੱਲੇ ਨੇ ਪਾਸੇ ਹੁਣ
लंगर छकड़ू चाह जा रहे कर जाने ने अंदर रश बहुत पै गया है। आनंदपुर साहब बाकी रश देख लो काम औखा ही हों जे बाकी रश पूरा आया डेढ़ दो घंटे हो गए ट्रैफिक दे पेनू
ਤੇ ਬਾਕੀ ਆ ਫਲੈਸ਼ਰ ਵੀ ਦੇਖ ਲਓ ਇਹ ਆਪਾਂ ਮੋਟਾ ਮੋਟਾ ਜਿਹਾ ਕੰਮ ਕਰਾਇਆ ਸੀ ਡੋਲ ਵਾਇਆ ਹੋਇਆ ਨੇ ਵਿਸ਼ਰਾਮ ਕਰ ਲਈਏ ਕਹਿੰਦੇ ਮੁੰਡੇ ਲੱਗਿਆ ਤੜਕਾ ਹੋ ਗਿਆ ਜੀ ਤੇ ਮੁੰਡੇ ਲੱਗਿਆ ਬੁਰਸ਼ ਬੁਰਸ਼ ਨੂੰ ਤੇ ਆਪਣਾ ਪੈ ਗਿਆ ਚੱਕਰ ਤੇ ਆਪਣਾ ਅਲਟੀਨੇਟਰ ਦੀ ਜਿਹੜੀ ਪੁਲੀ ਸੀਗੀ ਤੇ ਚਾਚਾ ਜੀ ਨੇ ਰਾਤੀ ਹੱਥ ਜਾਰੇ ਕਰਾਤੀ ਤੇ ਹਾਲ ਦੇਖ ਸਕਦੇ ਹੋ ਤੇ ਬਾਕੀ ਅਲਟੀਨੇਟਰ ਵੀ ਜਿਹੜੀ ਪੱਤੀ ਬੈਲਟ ਕਰਾਈ ਸੀ ਉਹ ਵੀ ਭੰਨ ਦਿੱਤੀ ਕੀ ਕਹਿਣਾ ਹੋਊਗਾ ਚਾਚਾ ਜੀ ਬਾਕੀ ਚੱਲੇ ਕਹਿੰਦੇ ਹੁਣ ਮੁੰਡੇ ਫਿਰ ਇੱਕ ਵਾਰੀ ਜਾਣਾ ਮਾਹੌਲ ਦਿਖਾ ਕੇ ਤੜਕੇ ਤੜਕੇ ਦਾ ਤੇ ਉਧਰ ਕਰਨੀ ਭਾਈ ਉਹੀ ਲੱਗੇ ਨਾਲ ਪੁਰਸ਼ ਕਹਿੰਦੇ ਮੁੰਡਿਆਂ ਦੇ ਦੇਖੋ ਜੀ ਕੀ ਕਰਦੇ ਨੇ ਖੁੱਲੇ ਚ ਜੀ ਨਾ ਲਗਾ ਕੇ ਇਹ ਕਰਨੇ ਇਹ ਕੰਮ ਨਹੀਂ ਕਰਨੇ ਇਹ ਕੰਮ ਨਹੀਂ ਕਰਨੇ ਤੇ ਬਾਕੀ ਆਪਣੀ ਬਾਕੀ ਆ ਸੰਗਤਾਂ ਕਹਿੰਦੇ ਦੋ ਜਾਣੇ ਸੁੱਤੇ ਪਏ ਨੇ ਤੇਜਾ ਭਾਜੀ ਤੇਜਾ ਭਾਜੀ ਸੰਗਤ ਪਏ ਨੇ ਇਹ ਰਾਤੀ ਕਹਿੰਦੇ ਸੌਣ ਨੀ ਦਿੰਦੇ ਸੀਗੇ ਸਾਨੂੰ ਇਹਦੀ 2:30 ਵਜੇ ਆ ਤੇ 2:30 ਵਜੇ 3:30 ਵਜੇ ਹਾਂ ਤੇ 2 ਘੰਟੇ ਦੀ ਨੀਂਦ ਆਪਣੀ ਪੂਰੀ ਹੋਈ ਹੋਆ ਤੇ ਬਹੁਤ ਬੁਰਾ ਹਾਲ ਆ ਤੇ ਬਾਕੀ ਤੁਹਾਨੂੰ ਹੁਣ ਮਿਲਦੇ ਆ ਜਾਂਦੇ ਕਿਤੇ ਤੁਹਾਨੂੰ ਮਾਹੌਲ ਦਿਖਾਣੇ ਕਿੱਦਾਂ ਦਾ ਆ ਮੁੰਡਾ ਕਹਿੰਦੇ ਸਵੇਰ ਦਾ ਪਕੌੜੇ ਡੀਕਦਾ ਉਹ ਉਧਰ ਲੱਗਿਆ ਹੋਇਆ ਲੰਗਰ ਉਹ ਲੰਗਰ ਲੱਗਿਆ ਏ ਤੇ ਮੁੰਡਾ ਸਵੇਰ ਦਾ ਕਹਿੰਦਾ ਕਿ ਹਾਂਜੀ ਭਾਈ ਲੰਗਰ ਛਕਣ ਜਾਣਾ ਲੰਗਰ ਤੜਕੇ 4 ਵਜੇ ਦਾ ਚੱਲਦਾ ਏ ਔਜਲੇ ਨੀ ਜਾਂਦੇ ਕਹਿਣ ਲੱਗੇ ਨੇ ਕਹਿੰਦੇ ਹੁਣ ਰੁਕੇ ਆ ਇੱਧਰ ਟਰੈਕਟਰ ਦਾ ਸਪੈਂਡ ਕੰਨਾ ਭਾਜੀ ਫੇਰ ਆਪਣੇ ਨਾਲ ਜੁੜੇ ਹੋਏ ਨੇ ਕੰਨਾ ਭਾਜੀ ਕਹਿ ਲਓ ਤੇ ਬਾਕੀ ਭਰਾ ਵੀ ਜੁੜੇ ਨੇ ਤੇ ਭਰਾ ਹੁਣ ਪੈਂਡਲ ਕਹਿੰਦੇ ਕਰਤਾ ਇਹ ਹੀ ਭਾਜੀ ਔਖਾ ਕੰਮ ਹੋ ਗਿਆ ਹੈ ਤੇ ਆਪਣੇ ਵਾਲਾ ਦੇਖ ਲੈ ਦੇਖੋ ਬਈ ਕਹਿੰਦੇ 2 ਫੁੱਟੇ ਪਾਇਆ ਸੀਗੇ ਬਾਕੀ ਹੋ ਗਿਆ ਕੰਮ 2 ਫੁੱਟੇ ਦਾ ਵੀ ਲੁੱਕ ਦੇਖ ਲਓ ਮਿੱਤਰ ਖਰੀ ਆ ਜੀ ਚਾਏ ਬਹੁਤਾ ਮੁੰਡਿਆਂ ਨੂੰ ਕਹਿੰਦੇ ਤੇ ਕਹਿੰਦੇ ਉਹਨੇ ਜਾਂਦੇ ਪਏ ਨੇ ਬਾਕੀ ਤੁਹਾਨੂੰ ਮਿਲਦੇ ਆ ਜਾ ਕੇ ਜਿੱਥੇ ਰੁਕਦੇ ਆ ਫਿਰ ਹੁਣ